ਕਿ ਜਦੋਂ ਬੰਦਾ ਟੀ ਵੀ ਔਨ ਕਰ ਰਿਹਾ ਤਾਂ ਜੇ ਗਾਣਾ ਥੋੜ੍ਹਾ ਵੈਸਟਨਾਈਜ਼ ਚੱਲ ਰਿਹਾ ਤਾਂ ਉਹ ਵੀਡੀਓ ਤੋਂ ਵੀ ਲੱਗੇ ਕਿ ਉਹਦੇ ਨਾਲ ਇਨਸਾਫ ਹੋ ਗਿਆ। ਜੇ ਆਪਾਂ ਲਾਈਕ ਇੱਥੇ ਕਰੀਏ ਆਪਾਂ ਇੱਥੋਂ ਦੇ ਪੀਪਲ ਵੀ ਦਿਖਾ ਸਕਦੇ ਹਾਂ ਉਹਦੇ 'ਚ, ਕੋਈ ਐਸੀ ਗੱਲ ਨਹੀਂ, ਆਪਣੇ ਵੀ ਬਹੁਤ ਅੱਛੀਆਂ ਬਿਲਡਿੰਗਸ ਬਣ ਗਈਆਂ ਹੁਣ ਤਾਂ। ਪਰ ਇੱਦਾਂ ਹੁੰਦਾ ਕਿ ਜਦੋਂ ਬੰਦਾ 2-3 ਮਿੰਟ ਲਈ ਗਾਣਾ ਦੇਖਦਾ ਤਾਂ ਇੱਦਾਂ ਲੱਗੇ ਕਿ ਹਾਂ ਕਿ ਇੱਕ ਸੁਪਨੇ 'ਚ ਪਹੁੰਚ ਗਿਆ, ਕੁਛ ਡਿਫਰੈਂਟ ਚੀਜ਼ ਸੁਣਨ ਨੂੰ ਮਿਲ ਗਈ। ਮਿਊਜ਼ਿਕ ਦੇ ਪੱਖੋਂ ਵੀ ਇੱਦਾਂ ਹੋ ਰਿਹਾ, ਵੈਸਟਨਾਈਜ਼ ਮਿਊਜ਼ਿਕ ਆ ਰਿਹਾ, ਕਲੈਬੋਰੇਸ਼ਨ ਹੋ ਰਹੀ ਹੈ ਚੀਜ਼ ਦੀ। ਅਸੀਂ ਪਿਛਲੇ 2 ਸਾਲ ਤੋਂ ਜੁੜੇ ਹਾਂ ਜੀ, ਜਦੋਂ ਤੋਂ ਗਾਣਾ ਸੁਪਰਮੈਨ ਆਇਆ ਸੀ। ਅਤੇ ਰਾਹੁਲ 'ਚ ਮੈਂ ਇੱਕ ਚੀਜ਼ ਬੜੀ ਮੈਨੂੰ ਖੂਬਸੂਰਤ ਲੱਗਦੀ ਹੈ, ਬਹੁਤ ਹੀ ਡਾਊਨ ਟੂ ਅਰਥ ਹੈ, ਬਲਕਿ ਆਪਣੇ ਪਾਪਾ ਦਾ ਬਹੁਤ ਕਹਿਣਾ ਮੰਨਣ ਵਾਲਾ ਬੱਚਾ ਜੀ। ਅਤੇ ਮੈਨੂੰ ਬੜਾ ਨਾਜ਼ ਹੈ ਕਿ ਮੈਂ ਇੱਕ ਸਟੂਡੈਂਟ ਆਪਣਾ ਬਣਾਇਆ, ਕਿਉਂਕਿ ਮੈਂ ਪ੍ਰੋਫੈਸਰ ਵੀ ਹਾਂ, ਮਿਊਜ਼ਿਕ ਦੀ ਤਾਲੀਮ ਵੀ ਦਿੰਦੇ ਹਾਂ ਬੱਚਿਆਂ ਨੂੰ, ਬਹੁਤ ਬੱਚੇ ਕਹਿੰਦੇ ਵੀ ਆ ਸਿੱਖਣਾ, ਬਟ ਇੰਨਾ ਟਾਈਮ ਨਹੀਂ ਕਰ ਸਕਦੇ। ਪਰ ਰਾਹੁਲ ਨਾਲ ਇੰਨੀ ਅਟੈਚਮੈਂਟ ਹੋ ਗਈ ਹੈ, ਸਵੇਰੇ ਫੋਨ ਕਰਕੇ ਮੈਨੂੰ ਉਠਾ ਕੇ ਕਹੂਗਾ ਗੁਰੂ ਜੀ ਆ ਜਾਓ ਫਿਰ ਆਪਾਂ ਕਰੀਏ ਕੁਛ, ਅਤੇ ਬੜਾ ਮਜ਼ਾ ਆਉਂਦਾ ਕ੍ਰੀਏਟਿਵ। ਇਹਦੇ 'ਚ ਥੋੜ੍ਹਾ ਜਿਹਾ ਬੋਲਣ ਦਾ ਸੀਗਾ, ਪਹਿਲਾਂ ਠੇਠ ਵਰਡ ਨਹੀਂ ਸੀ ਬੋਲੇ ਜਾਂਦੇ, ਥੋੜ੍ਹੇ ਹੌਲੀ ਹੌਲੀ ਉਹ ਫਲੋ ਵੀ ਆ ਰਿਹਾ। ਅਤੇ ਅੱਗੇ ਜਿਹੜੇ ਤੁਸੀਂ ਸੁਣੋਗੇ ਬੜੇ ਪਿਆਰੇ ਟਰੈਕਸ ਜਿਹੜੇ ਰੈਡੀ ਕੀਤੇ ਹੋਏ ਆ, ਅਤੇ ਹਜੇ ਉਹਨੂੰ ਡਿਸਕਲੋਜ਼ ਨਹੀਂ ਕਰਾਂਗੇ। ਪਰ ਬਹੁਤ ਹੀ ਮਿਹਨਤੀ ਬੱਚਾ। ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਜਿਹੜੇ ਅੱਗੇ ਗਾਣੇ ਆ ਰਹੇ ਨੇ ਉਹ ਮੇਰੇ ਗੁਰੂ ਜੀ ਦੇ ਲਿਖੇ ਹੋਏ ਨੇ ਸਾਰੇ। ਫੁੱਲ ਮੈਡ ਗਾਣਾ ਆ ਰਿਹਾ ਜੀ, ਉਸ ਤੋਂ ਬਾਅਦ ਕੁਵਾਰਾ ਆ ਰਿਹਾ, ਉਹ ਵੀ ਭਾਈ ਦਾ ਲਿਖਿਆ ਹੋਇਆ, ਮਤਲਬ ਬਹੁਤ ਸੋਹਣੇ ਗਾਣੇ ਨੇ। ਵਰਡਿੰਗ ਦੇ ਪੱਖੋਂ ਵੀ ਤੁਸੀਂ ਕਹੋਗੇ ਕਿ ਜਦੋਂ ਵੀ ਆਪਾਂ ਮਿਲਾਂਗੇ, ਕਿਉਂਕਿ ਕਾਨਫਰੰਸ ਚੱਲਦੀ ਰਹਿਣੀ ਆ, ਅਤੇ ਜਦੋਂ ਵੀ ਤੁਸੀਂ ਕੋਈ ਵੀ ਕੁਐਸਚਨ ਕਰੋਗੇ ਕਲਚਰਲ ਦੇ ਪੱਖੋਂ, ਆਪਣੇ ਪੰਜਾਬੀਅਤ ਦੇ ਪੱਖੋਂ, ਕੋਈ ਵੀ ਗਾਣਾ ਕੋਈ ਵੀ ਵੀਡੀਓ ਪੱਖੋਂ, ਕੋਈ ਵੀ ਇੱਦਾਂ ਦੀ ਚੀਜ਼ ਤੁਹਾਨੂੰ ਨਹੀਂ ਰੜਕੂਗੀ। ਅਤੇ ਜਿੱਥੋਂ ਲੱਗੇ ਕਿ ਰਾਹੁਲ ਬਜਾਜ ਨੂੰ ਕਿ ਉਹਨੇ ਕੁਛ ਗਲਤ ਮੈਸੇਜ ਜਿਹੜਾ ਸੁਸਾਇਟੀ ਲਈ ਗਿਆ, ਜੇ ਮੇਰਾ ਇਹ ਗਾਣਾ ਬਣਿਆ ਮਤਲਬ ਕਿ ਉਹਦਾ ਕ੍ਰੈਡਿਟ ਸਾਰਾ ਮਿਸ਼ਟਾ ਭਾਅ ਜੀ ਨੂੰ ਜਾਂਦਾ, ਕਿਉਂਕਿ ਮਿਸ਼ਟਾ ਭਾਅ ਜੀ ਨੇ ਉਹਦਾ ਮਿਊਜ਼ਿਕ ਦਿੱਤਾ, ਰੈਪ ਕੀਤਾ, ਮੈਂ ਉਹਦੇ 'ਚ ਰੈਪ ਕੀਤਾ ਸੀ, ਅਤੇ ਮੇਰਾ ਰੈਪ ਉਹ ਇੰਨਾ ਕੁ ਮਤਲਬ ਕਿ ਨਾਲ ਮਿਲ ਜਾ ਨਹੀਂ ਰਿਹਾ ਸੀ, ਜੁਲ ਜਾ ਨਹੀਂ ਰਿਹਾ ਸੀ। ਫਿਰ ਭਾਅ ਜੀ ਕਹਿੰਦੇ ਮੈਂ ਕਰਾਂਗਾ, ਅਤੇ ਭਾਅ ਜੀ ਨੇ ਰੈਪ ਕੀਤਾ। ਮੈਂ ਖੁਸ਼ ਨਸੀਬ ਸਮਝਦਾ ਇਸ ਚੀਜ਼ ਨੂੰ ਕਿ ਭਾਅ ਜੀ ਨੇ ਮੇਰੇ ਗਾਣੇ 'ਚ ਰੈਪ ਕੀਤਾ ਅਤੇ ਮਿਊਜ਼ਿਕ ਦਿੱਤਾ, ਕਿਉਂਕਿ ਅੱਜ ਟਾਈਮ ਇਸ ਟਾਈਮ ਭਾਅ ਜੀ ਦਾ ਇੰਨਾ ਵੱਡਾ ਨਾਮ ਹੈ ਮਿਸ਼ਟਾ ਭਾਅ ਜੀ ਦਾ, ਅਤੇ ਮੈਂ ਉਹਨਾਂ ਦੇ ਨਾਲ ਟਰੈਕ ਕਰ ਰਿਹਾ, ਮੇਰੀ ਬਹੁਤ ਵੱਡੀ ਖੁਸ਼ ਨਸੀਬੀ ਹੈ। ਅਤੇ ਦੂਜੇ ਨੰਬਰ 'ਤੇ ਕਿ ਮੈਨੂੰ ਇੱਕ ਲਾਂਚ ਕਰ ਰਹੇ ਨੇ ਮੀਕਾ ਭਾਅ ਜੀ, ਇਹ ਵੀ ਮੇਰੇ ਲਈ ਬਹੁਤ ਵੱਡੀ ਖੁਸ਼ ਨਸੀਬੀ ਹੈ ਨਾ ਜੀ, ਕਿਉਂਕਿ ਮੀਕਾ ਭਾਅ ਜੀ ਕੋਲ ਹਰ ਬੰਦਾ ਨਹੀਂ ਪਹੁੰਚ ਪਾਉਂਦਾ, ਉਹਨਾਂ ਦੀ ਕੰਪਨੀ ਦੇ ਵਿੱਚ ਹਰ ਬੰਦਾ ਨਹੀਂ ਟਰੈਕ ਲੈ ਕੇ ਆ ਪਾਉਂਦਾ, ਅਤੇ ਮੀਕਾ ਭਾਅ ਜੀ ਮੇਰੇ ਲਈ ਨਾਲ ਖੜ ਰਹੇ ਨੇ, ਮੇਰਾ ਗਾਣਾ ਰਿਲੀਜ਼ ਕਰ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਮੈਨੂੰ ਪ੍ਰੈਜੈਂਟ ਕਰ ਰਹੇ ਨੇ। ਦੋਸਤੋ ਮੈਂ ਅੰਬਿਕਾ ਸਿੰਘ, ਮੈਂ ਸੀ ਫਸਟ ਆਫ ਆਲ, ਮੈਂ ਸਾਰੇ ਮੀਡੀਆ ਦਾ ਥੈਂਕਸ ਕਰਨਾ ਚਾਹੁੰਦਾ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ। ਦੋਸਤੋ ਅਸੀਂ ਬਹੁਤ ਅੱਛਾ ਗਾਣਾ ਰਿਲੀਜ਼ ਕਰ ਰਹੇ ਹਾਂ, ਰਾਹੁਲ ਬਜਾਜ ਦਾ ਇਜ਼ ਅ ਵੈਰੀ ਟੈਲੈਂਟਡ ਸਿੰਗਰ, ਸੋ ਮਾਈ ਬੈਸਟ ਵਿਸ਼ਸ ਟੂ ਰਾਹੁਲ ਬਜਾਜ ਫੋਰ ਹਿਸ ਅਪਕਮਿੰਗ ਐਲਬਮ ਮਸਟੈਕ। ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਮਿਊਜ਼ਿਕ ਕੰਪਨੀ ਲਾਂਚ ਕੀਤੀ ਹੈ ਜਿਹਦਾ ਨਾਮ ਮਿਊਜ਼ਿਕ ਐਂਡ ਸਾਊਂਡ, ਜਿਹਦੇ ਅੰਦਰ ਅਸੀਂ ਆਲਮੋਸਟ ਮੋਰ ਦੈਨ 100 ਵੀਡੀਓਜ਼ ਰਿਲੀਜ਼ ਕਰ ਚੁੱਕੇ ਹਾਂ, 100 ਆਰਟਿਸਟ ਨੂੰ ਅਸੀਂ ਚਾਂਸ ਦਿੱਤਾ। ਸੋ ਆਮ ਸ਼ੋਰ ਕਿ ਤੁਸੀਂ ਸਾਨੂੰ ਸਪੋਰਟ ਕਰੋਗੇ ਐਂਡ ਨਿਊ ਟੈਲੈਂਟ ਨੂੰ ਅੱਗੇ ਲੈ ਕੇ ਆਓਗੇ। ਸੋ ਵੰਸ ਅਗੇਨ ਰਾਹੁਲ, ਆਲ ਦਾ ਬੈਸਟ ਚੱਕ ਦੇ ਪੱਟੇ, ਐਂਡ ਥੈਂਕ ਯੂ ਮੀਡੀਆ, ਥੈਂਕ ਯੂ ਪਟਿਆਲਾ, ਸਾਰਿਆਂ ਨੂੰ ਤਹਿ ਦਿਲੋਂ ਸਤਿ ਸ਼੍ਰੀ ਅਕਾਲ।